ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਸਤੰਬਰ ਦਾ ਦਿਨ 1838 ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਦਾ ਜਨਮ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਦਾ ਜਨਮ ਰਾਣੀ ਜਿੰਦਾਂ ਦੀ ਕੁੱਖੋਂ 6 ਸਤੰਬਰ 1838 ਦੇ ਦਿਨ ਹੋਇਆ ਸੀ। ਉਹ 5 ਸਾਲ ਦੀ ਉਮਰ 'ਚ 18 ਸਤੰਬਰ 1843 ਦੇ ਦਿਨ ਲਾਹੌਰ ਸਲਤਨਤ ਦਾ ਮਹਾਰਾਜਾ ਬਣਿਆ। 1901 ਗਿਆਨੀ ਦਿੱਤ ਸਿੰਘ ਦੀ ਮੌਤ। ਸਿੰਘ ਸਭਾ ਲਹਿਰ ਦੇ ਮਹਾਨ ਆਗੂ ਗਿਆਨੀ ਦਿੱਤ ਸਿੰਘ 6 ਸਤੰਬਰ 1901 ਦੇ ਦਿਨ ਚੜ੍ਹਾਈ ਕਰ ਗਏ। ਗੁਰਦੁਆਰਾ ਸੁਧਾਰ ਲਹਿਰ ਦੌਰਾਨ 6 ਸਤੰਬਰ 1922 ਦੇ ਦਿਨ ਅਕਾਲੀਆਂ ਨੇ ਤੇਜਾ ਕਲਾਂ ਦੇ ਗੁਰਦੁਆਰੇ ਨੂੰ ਵੀ ਮਹੰਤਾ ਤੋਂ ਆਜ਼ਾਦ ਕਰਵਾ ਲਿਆ। 1960 ਗਿਆਨੀ ਭੁਪਿੰਦਰ ਸਿੰਘ ਗ੍ਰਿਫਤਾਰ। 1960 ਦੇ ਪੰਜਾਬੀ ਸੂਬਾ ਮੋਰਚੇ ਦੀ ਕਾਮਯਾਬੀ ਤੋਂ ਬੌਖਲਾਈ ਹੋਈ ਸਰਕਾਰ ਨੇ 6 ਸਤੰਬਰ 1960 ਦੇ ਦਿਨ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਵੀ ਸਿੱਖਾਂ ਦੇ ਹੌਸਲੇ ਡਿੱਗਣ ਵਾਸਤੇ ਕੀਤੀ ਗਈ ਸੀ, ਪਰ ਇਸ ਨਾਲ ਵੀ ਸਿੱਖਾਂ 'ਚ ਸਗੋਂ ਰੋਸ ਅਤੇ ਰੋਹ ਦੇ ਨਾਲ ਨਾਲ ਜੋਸ਼ ਵੀ ਵਧਿਆ। ਇਸ ਗ੍ਰਿਫਤਾਰੀ ਵਿਰੁੱਧ ਸਾਰੇ ਸਿੱਖ ਪੰਥ ਨੇ ਜ਼ਬਰਦਸਤ ਰੋਸ ਜ਼ਾਹਰ ਕੀਤਾ। 11 ਸਤੰਬਰ 1960 ਦਾ ਦਿਨ ਸਿੱਖਾਂ ਨੇ ਇਸ ਗ੍ਰਿਫਤਾਰੀ ਦੇ ਖਿਲਾਫ਼ ਰੋਸ ਦਿਨ ਵਜੋਂ ਮਨਾਇਆ। ਇਸ ਦਿਨ ਪੰਜਾਬ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਸਾਰੇ ਗੁਰਦੁਆਰਿਆਂ 'ਚ ਵੀ ਦੀਵਾਨ ਸਜਾਏ ਗਏ। 1965 ਭਾਰਤ ਪਾਕ ਜੰਗ ਦੌਰਾਨ ਸਿੱਖ ਜਰਨੈਲਾਂ ਨੇ ਕਮਾਲ ਦੀ ਅਗਵਾਈ ਕੀਤੀ। 1965 'ਚ ਜਦ ਭਾਰਤ ਪਾਕਿਸਤਾਨ ਜੰਗ ਹੋਈ ਤਾਂ ਇਸ ਜੰਗ 'ਚ ਖੇਮਕਰਨ ਸੈਕਟਰ 'ਚ ਪਾਕਿਸਤਾਨ ਦੀਆਂ ਫੌਜਾਂ ਬਹੁਤ ਅੱਗੇ ਵਧ ਆਈਆਂ। ਫੌਜ ਦੇ ਜਰਨੈਲ ਨੇ ਫੌਜੀਆਂ ਨੂੰ ਪਿੱਛੇ ਹਟ ਕੇ ਦਰਿਆ ਬਿਆਸ ਦੇ ਮੋਰਚੇ ਗੱਡਣ ਵਾਸਤੇ ਹਦਾਇਤ ਦਿੱਤੀ, ਪਰ ਜਨਰਲ ਹਰਬਖਸ਼ ਸਿੰਘ, ਕਮਾਂਡਰ ਵੈਸਟਰਨ ਕਮਾਂਡ ਅਤੇ ਹੋਰ ਸਿੱਖ ਜਰਨੈਲਾਂ ਨੇ ਅੰਮ੍ਰਿਤਸਰ ਨੂੰ ਪਾਕਿਸਤਾਨ ਹਵਾਲੇ ਕਰਨ ਦੀ ਬਜਾਏ ਡਟ ਕੇ ਜੂਝਣ ਦਾ ਫੈਸਲਾ ਕਰ ਲਿਆ। ਇਸ ਮੌਕੇ ਜਨਰਲ ਹਰਬਖਸ਼ ਸਿੰਘ, ਮੇਜਰ ਜਨਰਲ ਜੋਗਿੰਦਰ ਸਿੰਘ, ਮੇਜਰ ਜਨਰਲ ਨਰਿੰਦਰ ਸਿੰਘ, ਲੈਫਟੀਨੈਂਟ ਜਨਰਲ ਜੋਗਿੰਦਰ ਸਿੰਘ ਢਿੱਲੋਂ, ਬ੍ਰਿਗੇਡੀਅਰ ਪ੍ਰਕਾਸ਼ ਸਿੰਘ ਗਰੇਵਾਲ, ਬ੍ਰਿਗੇਡੀਅਰ SS ਕੱਲਾ, ਮੇਜਰ ਜਨਰਲ ਮਹਿੰਦਰ ਸਿੰਘ, ਬ੍ਰਿਗੇਡੀਅਰ ਬੰਤ ਸਿੰਘ, ਮੇਜਰ ਜਨਰਲ ਗੁਰਬਖਸ਼ ਸਿੰਘ ਨੇ ਕਮਾਲ ਦੀ ਅਗਵਾਈ ਕੀਤੀ। ਏਅਰ ਮਾਰਸ਼ਲ ਅਰਜਨ ਸਿੰਘ ਦੀ ਅਗਵਾਈ ਹੇਠ ਏਅਰ ਫੋਰਸ ਨੇ ਵੀ ਕਮਾਲ ਦਾ ਰੋਲ ਅਦਾ ਕੀਤਾ। ਕੈਪਟਨ ਅਮਰਿੰਦਰ ਸਿੰਘ ਇਸ ਜੰਗ ਵੇਲੇ ADC ਵਜੋਂ ਤੈਨਾਤ ਸੀ। ਇਸ ਜੰਗ ਦੌਰਾਨ ਆਮ ਪੰਜਾਬੀਆਂ, ਦਰਅਸਲ ਸਿੱਖਾਂ ਨੇ ਵੀ ਫੌਜ ਨੂੰ ਕਮਾਲ ਦਾ ਮਿਲਵਰਤਨ ਦਿੱਤਾ। ਸੜਕਾਂ 'ਤੇ ਚੱਲ ਰਹੀਆਂ ਫੌਜੀ ਗੱਡੀਆਂ 'ਤੇ ਲੈ ਕੇ ਸਰਹੱਦ ਉੱਤੇ ਤੈਨਾਤ ਫੌਜੀਆਂ ਤੱਕ ਨੂੰ ਸਿੱਖਾਂ ਦੇ ਘਰਾਂ ਤੋਂ ਸ਼ਾਨਦਾਰ ਖਾਣੇ ਬਣਾ ਕੇ ਪਹੁੰਚਾਏ ਜਾਂਦੇ ਰਹੇ। ਇਸ ਨੇ ਫੌਜੀਆਂ ਨੂੰ ਰੋਟੀ ਹੀ ਨਹੀਂ ਬਲਕਿ ਰੂਹਾਨੀ ਖੁਰਾਕ ਦੇ ਕੇ ਉਹਨਾਂ ਦੇ ਹੌਸਲੇ ਬੁਲੰਦ ਕੀਤੇ। ਸਿੱਖ ਜਰਨੈਲਾਂ ਅਤੇ ਸਿੱਖ ਜਨਤਾ ਦੀ ਇਸ ਬਹਾਦਰੀ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਮਜਬੂਰ ਕਰ ਦਿੱਤਾ ਕਿ ਉਹ ਪੰਜਾਬੀ ਸੂਬੇ ਸੰਬੰਧੀ ਧੱਕਾ ਖਤਮ ਕਰ ਦੇਵੇ। 1966 ਲੋਕ ਸਭਾ 'ਚ ਕਪੂਰ ਸਿੰਘ ਵੱਲੋਂ ਤਕਰੀਰ। 10 ਅਗਸਤ 1966 ਨੂੰ ਲੋਕ ਸਭਾ 'ਚ ਪੰਜਾਬ ਰੀਆਰਗਨਾਈਜੇਸ਼ਨ ਬਿੱਲ ਪੇਸ਼ ਹੋਇਆ। ਇਸ ਬਿੱਲ ਉੱਤੇ 6 ਸਤੰਬਰ ਨੂੰ ਰਸਮੀ ਬਹਿਸ ਹੋਈ। ਬਹਿਸ ਦੌਰਾਨ 6 ਸਤੰਬਰ 1966 ਦੇ ਦਿਨ ਸਰਦਾਰ ਕਪੂਰ ਸਿੰਘ MP ਨੇ ਬਹਿਸ ਦੌਰਾਨ ਬੋਲਦਿਆਂ ਕਿਹਾ ਕਿ ਇਸ ਬਿੱਲ ਨੂੰ ਸਿੱਖ ਕਬੂਲ ਨਹੀਂ ਕਰ ਸਕਦੇ, ਕਿਉਂਕਿ ਇੱਕ ਤਾਂ ਇਹ ਹੈ ਕਿ ਇਸ ਵਿੱਚ ਪਾਪ ਦੀ ਪੈਦਾਇਸ਼ ਹੈ, ਇਸ ਨੂੰ ਇੱਕ ਨਾਕਾਬਲ ਦਾਈ ਨੇ ਜਨਮ ਦਿੱਤਾ ਹੈ ਅਤੇ ਇਹ ਕੌਮੀ ਹਿੱਤਾਂ ਦੇ ਵਿਰੁੱਧ ਹੈ ਅਤੇ ਇਹ ਕੌਮੀ ਏਕਤਾ ਨੂੰ ਸੱਟਾ ਮਾਰਦਾ ਹੈ। ਸਰਦਾਰ ਕਪੂਰ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦੇ ਨਾਲ ਦਗਾ ਹੈ ਜਿਨ੍ਹਾਂ ਨੇ ਹਿੰਦੂ ਕੌਮ ਦੀ ਰੱਖਿਆ ਕੀਤੀ ਸੀ। ਸਰਦਾਰ ਕਪੂਰ ਸਿੰਘ ਨੇ ਸਿੱਖ ਹੋਮਲੈਂਡ ਦੀ ਹਮਾਇਤ ਕੀਤੀ ਅਤੇ ਸਿੱਖਾਂ ਨਾਲ ਵਿਤਕਰਾ ਖਤਮ ਕਰਨ ਲਈ ਕਿਹਾ। 6 ਸਤੰਬਰ 1999 ਦਿਨ ਪੁਲਿਸ ਨੇ ਅਵਤਾਰ ਸਿੰਘ, ਪੁੱਤਰ ਜਰਨੈਲ ਸਿੰਘ, ਵਾਸੀ ਮਨਖੇੜਾ, ਜ਼ਿਲ੍ਹਾ ਗੁਰਦਾਸਪੁਰ ਨੂੰ ਸ਼ਹੀਦ ਕੀਤਾ ਅਤੇ 6 ਸਤੰਬਰ 1991 ਦੇ ਦਿਨ ਪੁਲਿਸ ਨੇ ਕਰਮ ਸਿੰਘ ਨਿਹੰਗ, ਵਾਸੀ ਚੂਸਲੇਵਾੜ, ਜ਼ਿਲ੍ਹਾ ਤਰਨ ਤਾਰਨ ਨੂੰ ਨਕਲੀ ਮੁਕਾਬਲੇ ਸ਼ਹੀਦ ਕਰ ਦਿੱਤਾ। ਇਸ ਦਿਨ ਪੰਜਾਬ ਪੁਲਿਸ ਨੇ ਗੁਰਮੀਤ ਸਿੰਘ, ਵਾਸੀ ਘਰਿਆਲੇ ਭੁੱਲਰ ਨੂੰ ਵੀ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। 1995 ਪੁਲਿਸ ਨੇ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਉਸ 'ਤੇ ਬੇਪਨਾਹ ਜ਼ੁਲਮ ਅਤੇ ਉਸ ਨੂੰ ਸ਼ਹੀਦ ਕੀਤਾ। 6 ਸਤੰਬਰ 1995 ਦੇ ਦਿਨ ਅਜੀਤ ਸੰਧੂ ਦੇ ਭੇਜੇ ਪੁਲਿਸੀਆਂ ਨੇ, ਜਿਨ੍ਹਾਂ 'ਚ ਅਸ਼ੋਕ ਕੁਮਾਰ DSP, ਸੁਰਿੰਦਰਪਾਲ ਸਿੰਘ SHO ਸਰਹਾਲੀ ਅਤੇ ਪ੍ਰਿਥੀਪਾਲ ਸਿੰਘ ਹੈੱਡ ਕਾਂਸਟੇਬਲ ਮਾਨੋਚਾਲ ਪੁਲਿਸ ਸਟੇਸ਼ਨ ਵੀ ਸ਼ਾਮਲ ਸਨ। ਜਸਵੰਤ ਸਿੰਘ ਖਾਲੜਾ ਨੂੰ ਉਸ ਦੇ ਘਰ ਕਬੀਰ ਪਾਰਕ ਅੰਮ੍ਰਿਤਸਰ ਦੇ ਮੂਹਰਿਓਂ ਆਪਣੀ ਕਾਰ ਨੂੰ ਧੋਂਦੇ ਨੂੰ ਚੁੱਕ ਲਿਆ ਗਿਆ ਅਤੇ ਚਬਾਲ ਥਾਣੇ 'ਚ ਲਿਜਾਇਆ ਗਿਆ। ਉੱਥੇ DSP ਜਸਪਾਲ ਸਿੰਘ ਦੀ ਨਿਗਰਾਨੀ ਵਿੱਚ 7 ਸਿਪਾਹੀਆਂ ਨੇ ਉਸਦੀਆਂ ਲੱਤਾਂ ਦੋਹੀਂ ਪਾਸੇ ਖਿੱਚ ਦਿੱਤੀਆਂ ਅਤੇ ਉਸਦੀ ਛਾਤੀ ਨੂੰ ਠੁੱਡੇ ਮਾਰੇ, ਫਿਰ ਗੋਲੀ ਮਾਰ ਕੇ ਖਤਮ ਕਰ ਦਿੱਤਾ ਅਤੇ ਉਸਦੀ ਲਾਸ਼ ਹਰੀਕੇ ਨਹਿਰ ਵਿੱਚ ਸੁੱਟ ਦਿੱਤੀ। ਮਗਰੋਂ ਬਹੁਤ ਰੌਲਾ ਪਾਉਣ, ਕੌਮਾਂਤਰੀ ਦਬਾਅ ਅਤੇ ਕਾਨੂੰਨੀ ਲੜਾਈ ਲੜਨ ਮਗਰੋਂ ਇਸ ਦੀ ਪੜਤਾਲ CBI ਹੱਥੋਂ ਹੋਈ ਅਤੇ 9 ਪੁਲਿਸੀਆਂ 'ਤੇ ਮੁਕੱਦਮਾ ਚਲਾਇਆ ਗਿਆ। ਇਸ ਕਤਲ ਦੇ 10 ਸਾਲ ਮਗਰੋਂ ਸੈਸ਼ਨ ਅਦਾਲਤ ਨੇ 18 ਨਵੰਬਰ 2005 ਨੂੰ ਇਹਨਾਂ 'ਚੋਂ 6 ਮੁਜਰਮਾਂ ਨੂੰ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਮਗਰੋਂ ਹਾਈਕੋਰਟ ਨੇ 16 ਅਕਤੂਬਰ 2007 ਦੇ ਦਿਨ ਇਹਨਾਂ 'ਚੋਂ 4 ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ 3 ਸਬ ਇੰਸਪੈਕਟਰ ਅਤੇ ਪ੍ਰਿਥੀਪਾਲ ਸਿੰਘ ਹੈੱਡ ਕਾਂਸਟੇਬਲ ਦੀ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਸਤੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।